ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਤਵਲੀਨ ਕੌਰ ਔਰ ਤੁਸੀਂ ਵੇਖ ਰਹੇ ਹੋ ਸਟ੍ਰੇਟ ਲਾਈਨ ਨਿਊਜ਼। ਅੱਛਾ, ਅੱਜ ਮੈਂ ਪਤਾ ਕਿੱਥੇ ਆਈ ਹਾਂ? ਸਭ ਤੋਂ ਪਹਿਲਾਂ ਤਾਂ ਮੈਂ ਕੈਮਰਾਮੈਨ ਨੂੰ ਕਿਹਾ, ਪਹਿਲਾਂ ਕੈਮਰਾ ਮਾਰੀ ਜ਼ਰਾ ਉੱਪਰ, ਦੇਖੋ ਮਹਾਰਾਜ ਕਿੰਨੀ ਚਮਕੋ ਚਮਕ ਹੋਈ ਪਈ ਹੈ, ਚਮਕਾਂ ਮਾਰ ਰਿਹਾ ਗੌਰਮੈਂਟ ਮੈਡੀਕਲ ਕਾਲਜ ਐਂਡ ਹੋਸਪਿਟਲ ਜੰਮੂ। ਮਤਲਬ ਮੈਂ ਕਹਿੰਦੀ ਹਾਂ, ਜੇ ਮੈਂ 2 ਮਿੰਟ ਹੋਰ ਦੇਖਿਆ ਨਾ ਘੂਰ ਕੇ, ਤਾਂ ਮੇਰੀ ਅੱਖਾਂ ਦੀ ਰੋਸ਼ਨੀ ਚੱਲ ਜਾਣੀ, ਇੰਨੀ ਚਮਕ ਮਾਰ ਰਿਹਾ। ਅਤੇ ਮੈਨੂੰ ਇਸ ਟਾਈਮ ਪੂਰੀ ਇਹੋ ਜਿਹੀ ਫੀਲਿੰਗ ਆ ਰਹੀ ਹੈ ਜਿੱਦਾਂ ਮੈਂ ਨਾ ਪੁਰਾਣੇ ਜ਼ਮਾਨੇ 'ਚ ਆ ਗਈ ਹੁੰਦੀ ਹਾਂ, ਮਹਾਰਾਜਾ ਮਹਾਰਾਜਿਆਂ ਦੇ ਜ਼ਮਾਨੇ 'ਚ। ਅਤੇ ਮੈਂ ਮਹਾਰਾਣੀ ਹਾਂ, ਮੈਂ ਬਸ ਅੰਦਰ ਜਾਣ ਵਾਲੀ ਹਾਂ, ਤਾਂ ਕੋਈ ਬਾਹਰੋਂ ਆ ਕੇ ਪੁੱਛਣਾ ਮਹਾਰਾਣੀ ਫਰਮਾਈਏ ਆਪਕੋ ਕਿਆ ਚਾਹੀਏ, ਮਤਲਬ ਮੈਨੂੰ ਇਹੋ ਜਿਹੀ ਫੀਲਿੰਗ ਆ ਰਹੀ ਹੈ। ਬਸ ਇੱਕ ਚੀਜ਼ ਦੀ ਕਮੀ ਹੈ, ਇਹ ਵੱਡੇ ਵੱਡੇ ਦਰਵਾਜ਼ੇ ਲਾ ਦਿੱਤੇ ਹੁੰਦੇ ਨੇ ਇੱਥੇ, ਫਿਰ ਤਾਂ ਮਜ਼ਾ ਹੀ ਆ ਜਾਣਾ ਸੀ। ਮੈਨੂੰ ਤਾਂ ਇੰਨੀ ਅੱਛੀ ਫੀਲਿੰਗ ਆ ਰਹੀ ਹੈ ਇਸ ਟਾਈਮ, ਮੈਂ ਕਹਿੰਦੀ ਹਾਂ ਅਗਰ ਕਿਸੇ ਨੂੰ ਮਹਾਰਾਜੇ ਵਾਲੀ ਫੀਲਿੰਗ ਲੈਣੀ ਹੈ ਤਾਂ ਗੇਟ ਦੇ ਅੱਗੇ ਅੱਗੇ ਖੜ੍ਹੇ ਹੋ ਜਾਓ। ਪਰ ਮੈਨੂੰ ਇੱਕ ਚੀਜ਼ ਦਾ ਫਿਰ ਦੁੱਖ ਹੈ, ਕਿਉਂਕਿ ਇਹਨਾਂ ਨੇ ਸੁਪਰ ਸਪੈਸ਼ਲਿਟੀ ਹੋਸਪਿਟਲ 'ਚ ਤਾਂ ਐਂਟਰੀ ਰੱਖੀ ਹੈ 5 ਰੁਪਏ, ਇੱਥੇ ਕਿਉਂ ਨਹੀਂ ਰੱਖੀ? ਇੱਥੇ ਵੀ ਰੱਖ ਲੈਂਦੇ, ਚਲੋ ਮੇਰਾ ਫਰਜ਼ ਬਣਦਾ ਸੀ ਇਹਨਾਂ ਨੂੰ ਐਡਵਾਈਸ ਦੇਣਾ, 5 ਰੁਪਏ ਇੱਥੇ ਵੀ ਰੱਖ ਲੈਂਦੇ। ਅਤੇ ਫਿਰ ਮੈਂ ਹੋਇਆ ਕਿ ਪਹਿਲੇ ਤਾਂ ਮੈਂ ਬੜੀ ਖੁਸ਼ ਹੋਈ, ਪਰ ਜਿਸ ਤਰ੍ਹਾਂ ਹੀ ਮੈਂ ਅੰਦਰ ਪੁੱਜੀ ਮੈਨੂੰ ਬੜਾ ਦੁੱਖ ਹੋਇਆ, ਕਿਉਂਕਿ ਮੈਂ ਜਦੋਂ ਵੀ ਚਾਰੋਂ ਪਾਸੇ ਅੱਗੇ ਪਿੱਛੇ ਨਜ਼ਰ ਮਾਰੀ ਨਾ, ਮੈਨੂੰ ਛੜੀਆਂ ਗੱਡੀਆਂ ਗੱਡੀਆਂ ਲੱਭੀਆਂ। ਮੈਨੂੰ ਇਸ ਤਰ੍ਹਾਂ ਲੱਗਾ ਕਿ ਗੱਡੀਆਂ ਵੇਚਣ ਵਾਲਿਆਂ ਦਾ ਮੇਲਾ ਲੱਗਾ ਹੁੰਦਾ, ਕਿਤੇ ਸੇਲ 'ਤੇ ਲਾਈਆਂ ਹੁੰਦੀਆਂ ਗੱਡੀਆਂ। ਅਤੇ ਫਿਰ ਉੱਥੇ ਇੱਕ ਭਾਈ ਖੜ੍ਹਾ ਸੀ, ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ, ਇੱਥੇ ਕੋਈ ਗੱਡੀਆਂ ਗੁੱਡੀਆਂ ਵੇਚ ਰਹੇ ਹੋ? ਕਹਿੰਦਾ ਹੈ ਕੀ ਬੋਲ ਰਹੇ ਹੋ? ਮੈਂ ਕਿਹਾ ਇਹ ਮੈਨੂੰ ਸਕੂਟੀ ਦੱਸ ਦੇ ਕਿੰਨੇ ਰੁਪਏ ਦੀ ਹੈ, ਮੈਂ ਲੈਣੀ ਹੈ, ਸੇਲ 'ਤੇ ਲਾਈਏ। ਕਹਿੰਦਾ ਨਹੀਂ। ਮੈਂ ਕਿਹਾ ਇੰਨੀਆਂ ਗੱਡੀਆਂ ਜਗ੍ਹਾ ਜਗ੍ਹਾ 'ਤੇ ਕਿਉਂ ਲਾਈਆਂ? ਕਹਿੰਦਾ ਮੈਡਮ ਜੀ ਇਹ ਪਾਰਕਿੰਗ ਹੈ। ਅੱਛਾ, ਫਿਰ ਮੈਂ ਕਿਹਾ ਹੈ ਇਹ ਪਾਰਕਿੰਗ ਹੈ, ਪਰ ਇੱਥੇ ਤਾਂ ਮੈਨੂੰ, ਮੈਂ ਕਿਹਾ ਪੇਸ਼ੈਂਟ ਵੀ ਦੱਸੋ, ਪੇਸ਼ੈਂਟ ਕਿੱਧਰ ਹੈ, ਕੋਈ ਐਮਰਜੈਂਸੀ ਵਾਲਾ ਰਸਤਾ ਦੱਸ ਦਿਓ ਮੈਨੂੰ ਕਿੱਧਰ ਹੈ, ਕਿਉਂਕਿ ਮੈਨੂੰ ਤਾਂ ਰਸਤਾ ਲੱਭ ਨਹੀਂ ਰਿਹਾ ਸੀ, ਸਾਰੇ ਪਾਸੇ ਗੱਡੀਆਂ ਗੱਡੀਆਂ। ਫਿਰ ਮੈਨੂੰ ਉਹਨਾਂ ਨੇ ਕੱਢ ਕੇ ਐਮਰਜੈਂਸੀ ਦੇ ਅੱਗੇ ਲੈ ਗਏ। ਫਿਰ ਮੈਂ ਉੱਥੇ ਬਾਹਰ ਜਾ ਕੇ ਇੱਕ ਹਾਲਤ ਦੇਖੀ, ਇਹ ਕੀ ਕਰਦੇ ਨੇ, ਪਹਿਲੇ ਤਾਂ ਪੇਸ਼ੈਂਟ ਨੂੰ ਡਿਸਚਾਰਜ ਕਰ ਦਿੰਦੇ ਨੇ, ਮਤਲਬ ਦੂਸਰੇ ਹੋਸਪਿਟਲ ਟ੍ਰਾਂਸਫਰ ਕਰ ਦਿੰਦੇ ਨੇ, ਜਿਸ ਤਰ੍ਹਾਂ ਕਿ ਸੁਪਰ ਸਪੈਸ਼ਲਿਟੀ ਭੇਜਣਾ ਹੋਏ ਇਹਨਾਂ ਨੇ। ਪੇਸ਼ੈਂਟ ਵਿਚਾਰਾ ਬਾਹਰ ਆ ਕੇ 20 ਮਿੰਟ ਤੱਕ ਵੇਟ ਕਰਦਾ ਰਹਿੰਦਾ ਹੈ, ਕਿਹਦਾ, ਐਂਬੂਲੈਂਸ ਆਏਗੀ ਤਾਂ ਉਹਨੂੰ ਚੁੱਕ ਕੇ ਅਤੇ ਦੂਸਰੇ ਹੋਸਪਿਟਲ ਭਜਾਏਗੀ, ਪਰ ਇਸ ਤਰ੍ਹਾਂ ਹੁੰਦਾ ਨਹੀਂ। ਵਿਚਾਰੇ ਬਾਹਰ ਬੈਠੇ ਬੈਠੇ ਫਿਰ ਪੇਸ਼ੈਂਟ ਵੀ ਕਹਿਣ ਲੱਗ ਪੈਂਦਾ, ਮੈਨੂੰ ਤਾਂ ਉਹਨੂੰ ਕਿਤੇ ਹੋਰ ਹੀ ਭੇਜ ਦਿਉ ਜੇ ਹੋਸਪਿਟਲ ਨਹੀਂ ਭੇਜਣਾ, ਇਹ ਹਾਲਤ ਹੈ। ਪਰ ਇੱਥੇ ਦੇ ਜਿਹੜੇ ਪੇਸ਼ੈਂਟ ਉਹ ਬੜੇ ਖੁਸ਼ ਨੇ, ਮੈਂ ਉਹਨਾਂ ਨਾਲ ਗੱਲ ਕੀਤੀ, ਕਹਿੰਦੇ ਨਹੀਂ ਜੀ ਪਹਿਲਾਂ ਨਾਲੋਂ ਬੜੀ ਸਫਾਈ ਹੈ, ਅੰਦਰੋਂ ਅੰਦਰ ਹੀ ਤਾਂ ਅਸੀਂ ਜਾਣ ਸਕਦੇ ਹਾਂ ਨਾ ਉਹਨਾਂ ਦਾ ਦੁੱਖ ਕੀ ਹੈ, ਅਤੇ ਇੱਥੇ ਤਾਂ ਡਾਕਟਰਾਂ ਨਾਲ ਵੀ ਅਸੀਂ ਬੜੀ ਸਹੀ ਗੱਲ ਕੀਤੀ। ਕਹਿੰਦੇ ਬਾਕੀ ਕੰਮ ਤਾਂ ਪੂਰਾ ਠੀਕ ਠਾਕ ਚੱਲ ਰਿਹਾ, ਪਰ ਬਸ ਥੋੜ੍ਹੀ ਹਰੀ ਮਸ਼ੀਨਾਂ ਦੀ ਕਮੀ ਹੈ। ਇਹ ਲਓ ਜੀ, ਇਹ ਹੈ ਸਾਡਾ ਗੌਰਮੈਂਟ ਮੈਡੀਕਲ ਕਾਲਜ ਅਤੇ ਉਹਦਾ ਪ੍ਰਸ਼ਾਸਨ, ਅਤੇ ਤੁਸੀਂ ਦੇਖ ਲਓ ਕਿੰਨੀ ਪਿਆਰੀ ਹਾਲਤ। ਮੈਂ ਤੁਹਾਨੂੰ ਅੰਦਰ ਨਹੀਂ ਲਿਜਾ ਸਕਦੀ ਕਿਉਂਕਿ ਉਹਨਾਂ ਨੇ ਸਾਨੂੰ ਮਨ੍ਹਾ ਕੀਤਾ। ਕਹਿੰਦੇ ਪਹਿਲੇ ਤੁਸੀਂ ਇੱਕ ਲੈਟਰ ਲਿਖੋ, ਪੱਤਰ ਲਿਖੋ ਸਾਨੂੰ। ਮੈਂ ਕਹਿੰਦੇ ਇੱਕ ਪੱਤਰ, ਪਿਆਰਾ ਜਿਹਾ ਪੱਤਰ ਲਿਖੋ, ਫਿਰ ਪੱਤਰ ਅਸੀਂ ਪੜ੍ਹਾਂਗੇ ਅਤੇ ਫਿਰ ਅਸੀਂ ਸੋਚਾਂਗੇ ਕਿ ਤੁਹਾਨੂੰ ਅੰਦਰ ਆਉਣ ਦੇਣਾ ਕਿ ਨਹੀਂ ਆਉਣ ਦੇਣਾ। ਇਸ ਕਰਕੇ ਅਸੀਂ ਅੰਦਰ ਨਹੀਂ ਜਾ ਸਕਦੇ, ਮਾਫ਼ ਕਰਿਓ। ਕੋਈ ਗੱਲ ਨਹੀਂ, ਅਗਲੀ ਵਾਰ ਪੱਤਰ ਲਿਖ ਕੇ ਅਤੇ ਤੁਹਾਨੂੰ ਅੰਦਰ ਵੀ ਲੈ ਜਾਵਾਂਗੇ। ਅਤੇ ਫਿਰ ਇੱਕ ਵਾਰ ਵਾਪਸ ਮੈਂ ਕੈਮਰਾਮੈਨ ਨੂੰ ਕਹਿ ਦਿਉ, ਜਰਾ ਘੁਮਾਇਓ ਕੈਮਰਾ ਉੱਧਰ ਅਤੇ ਦੱਸਿਓ ਭਾਈ ਗੇਟ ਕਿੰਨਾ ਪਿਆਰਾ, ਕਿੰਨੇ ਸਹੀ ਮਾਰਬਲ ਲਗਾਏ ਹੋਏ ਨੇ, ਚਮਕ ਰਿਹਾ ਪੂਰਾ, ਪਲੱਸ ਦਾ ਨਿਸ਼ਾਨ ਵੀ ਹੈਗਾ ਉੱਪਰ, ਤੁਸੀਂ ਪੜ੍ਹ ਸਕਦੇ ਹੋ। ਅਤੇ ਇਹ ਹੈ ਗੌਰਮੈਂਟ ਮੈਡੀਕਲ ਕਾਲਜ।